ਕਿਉਂਕਿ ਹੈਂਕਰ ਹੈ ਨਾ ਬਹੁ ਗਿਣਤੀ ਹੈ ਨਾ ਜੋ ਖਾਲਸਤਾ ਨਹੀਂ ਉਹ ਅਤਵਾਦੀ ਜੀ ਉਹਨੂੰ ਉਹ ਉਹਨੂੰ ਸਸਪੈਂਡ ਵੀ ਕਰ ਦੋ ਤੇ ਬੱਚੇ ਵੀ ਫੜ ਲਓ ਤੇ ਪਿਓ ਨੂੰ ਵੀ ਫੜ ਲਓ ਪੂਰੀ ਮਾਂ ਨੂੰ ਵੀ ਗ੍ਰਿਫਤਾਰ ਕਰ ਲਓ ਜੀ ਇਹ ਅਤਵਾਦੀ ਲੋਕ ਨੇ ਇਹ ਅਸੀਂ ਕੁਰਬਾਨੀਆਂ ਅਸੀਂ ਕਰੀਏ ਬਾਰਡਰ ਤੇ ਸਿਆਪੇ ਨੂੰ ਅਸੀਂ ਫੜੇ ਰਹੀਏ ਤੇ ਦਿੱਲੀ ਦਾ ਹਕਮ ਬੈਠਾ ਉਹ ਸੱਤਵਾਦੀ ਆ ਤੇ ਅਸੀਂ ਅਤਵਾਦੀ ਆ ਬਹੁ ਗਿਣਤੀ ਘੱਟ ਗਿਣਤੀ ਨੂੰ ਦਬਾ ਕੇ ਰੱਖਣਾ ਚਾਹੁੰਦੀ ਹੈ ਕਿੱਖਾਂ ਦੇ ਉੱਪਰ ਤੇ ਕੋਈ ਵੀ ਬੰਦਾ ਗੈਰ ਰੁਗਲਤੀ ਜਾਵੇ ਤੇ ਸੈਂਟਰ ਦੀ ਪਾਲਿਸੀ ਰਹੀ ਆ ਕਿ ਉਹਨੂੰ ਵੱਡੇ ਵੱਡੇ ਅਹੁਦੇ ਦੇ ਕੇ ਨਵਾਜਣਾ ਜਿਆ ਤੰਨਾ ਦਾ ਉਦੇਸ਼ ਫਿਰ ਲਾਗਤ ਨੇ ਪੰਜਾਬ ਨੂੰ ਅੱਤਵਾਦ ਕਹਿ ਕੇ ਕਹਿੰਦੇ ਨੇ ਵੇਖੋ ਹਮੇਸ਼ਾ ਹੀ ਹਿੰਦੁਸਤਾਨ ਦਾ ਰੂਲ ਰਿਹਾ ਹੈ ਬਹੁ ਗਿਣਤੀ ਘੱਟ ਗਿਣਤੀ ਨੂੰ ਦਬਾ ਕੇ ਰੱਖਣਾ ਚਾਹੁੰਦੀ ਹੈ ਸਿੱਖਾਂ ਦੇ ਪ੍ਰਤੀ ਕੋਈ ਵੀ ਬੰਦਾ ਯਹ ਰੁਗਲਾਛੀ ਜਾਵੇ ਤੇ ਸੈਂਟਰ ਦੀ ਪਾਲਿਸੀ ਰਹੀ ਆ ਕਿ ਉਹਨੂੰ ਵੱਡੇ ਵੱਡੇ ਅਹੁਦੇ ਦੇ ਕੇ ਨਵਾਜਣਾ ਕੰਗਣਾ ਰਣੌਤ ਵੀ ਜਿਹੜੀ ਆ ਉਹ ਪਿਛਲੇ ਦਿਨਾਂ ਤੋਂ ਜਦੋਂ ਵੀ ਕੋਈ ਸਿੱਖਾਂ ਦੀ ਗੱਲ ਹੁੰਦੀ ਆ ਤੇ ਉਹ ਸਾਨੂੰ ਬਹੁਤ ਨਿੰਦ ਦੀ ਭੰਡ ਦੀ ਪੰਜਾਬ ਦੇ ਲੋਕਾਂ ਨੂੰ ਕਿਸਾਨੀ ਮੋਰਚੇ ਦੇ ਸਾਡੇ ਵੀਰ ਭੈਣਾਂ ਜਿਹੜੇ ਬੈਠੇ ਸੀ ਮੋਰਚਾ ਲਾ ਕੇ ਕੰਗਣਾ ਰਣੌਤ ਕਹਿੰਦੀ ਸੀ ਇਹ 100-100 ਰੁਪਏ ਤੇ ਵਿਕਣ ਵਾਲੀਆਂ ਜਨਾਨੀਆਂ ਗੋੜੀਆਂ ਆ ਜਾਂਦੀਆਂ ਨੇ ਜਿਹੜੇ ਬੰਦੇ ਬੈਠੇ ਨੇ ਉਹ ਖਾਲਸਤਾਨੀ ਨੇ ਅਸੀਂ ਆਪਣੇ ਹੱਕਾਂ ਦੀ ਗੱਲ ਕਰੀਏ ਤਾਂ ਵੀ ਅਸੀਂ ਖਾਲਸਤਾਨੀ ਜੇ ਸਾਡੀਆਂ ਮਾਵਾਂ ਭੈਣਾਂ ਦੁਖੀ ਹੋ ਕੇ ਧਰਨਾ ਦੇਣ ਤੇ ਤਾਂ ਵੀ ਉਹ 100-100 ਰੁਪਏ ਤੇ ਵੇਖਣ ਵਾਲੀਆਂ ਸਦਾਰਨ ਚ ਨਾ ਲਈਆਂ ਕਦੇ ਅੰਮ੍ਰਿਤਸਰ ਵਿੱਚ ਇੱਕ ਵਿਅਕਤੀ ਸੀ ਜਿਹੜਾ ਹੁਣ ਤਾਂ ਨਹੀਂ ਰਿਹਾ ਪੂਰੀ ਕਿੰਨਾ ਯਹਿਰ ਉਗਲਾਛਦਾ ਸੀ ਸਾਡੀਆਂ ਧੀਆ ਭੈਣਾਂ ਵਾਸਤੇ ਪਰ ਕਦੇ ਕਿਸੇ ਨੇ ਇੱਕ ਬੰਦਾ ਵੀ ਨਹੀਂ ਸਿਆਣਾ ਗੇਰਾਂ ਨੂੰ ਸਮਝਾਉਣ ਵਾਲਾ ਹੋਵੇ ਕਿ ਤੂੰ ਕਿਉਂ ਇਹ ਬੋਲ ਰਿਹਾ ਤੇ ਕਿਉਂ ਧਰਮਾਂ 'ਚ ਫਰਕ ਪਾ ਰਿਹਾ ਕਿਉਂ ਯਹ ਰਗਲਾਚਰਿਆ ਕਿਸ ਨੇ ਆਖਿਆ ਕਰੇ ਅੱਜ ਉਹ ਕੰਗਨਰਨੌਰ ਕਿੱਥੋਂ ਤੱਕ ਪਹੁੰਚਦੀ ਸੀ ਤੇ ਜਿਹੜਾ ਸਿੱਖਾਂ ਦੇ ਵਿਰੋਧ ਬੋਲੂਗਾ ਯਹ ਰਗਲਾਚੇਗਾ ਸੈਂਟਰ ਨੇ ਉਹਨੂੰ ਉਹਦਾ ਦੇਣਾ ਹੀ ਦੇਣਾ ਤੇ ਉਹਨੂੰ ਪਾਰਲੀਮੈਂਟ ਮੈਂਬਰ ਬਣਾਇਆ ਮਾਚਲ ਮੰਡੀ ਤੋਂ ਉਹ ਜਿੱਤ ਕੇ ਤੇ ਜਦ ਜਾ ਰਹੀ ਹੈ 에어ਪੋਰਟ ਤੇ ਚੰਡੀਗੜ੍ਹ ਤੇ ਹੁਣ ਜਿਹੜੀ ਸਿੱਖ ਲੜਕੀ ਡਿਊਟੀ ਕਰ ਰਹੀ ਹੈ ਯੋਨੇ ਤਲਾਸ਼ੀ ਦਾ ਜੱਜ ਹੋਨੇ ਆਖਿਆ ਤੇ ਉਹ ਸਿਰਫ ਐਮਪੀ ਬਣ ਕੇ ਤੇ ਜੋ ਅੱਗੇ ਉਹਦੇ ਮਾਨਕੀ ਗੈਰ ਭਰਿਆ ਸਾਡੇ ਲੋਕਾਂ ਦੇ ਪ੍ਰਤੀ ਨਫ਼ਰਤ ਭਰੀ ਹੈ ਤੇ ਜੋ ਨੇ ਕੀਤਾ ਤੇ ਉਹ ਲੜਕੀ ਕੁਲਵਿੰਦਰ ਕੌਰ ਹੈ ਜਿਹਦੀ ਮਾਂ ਵਿਚਾਰੀ ਮੋਰਚੇ 'ਚ ਇਸ ਸੰਘਰਸ਼ ਵਿੱਚ ਲੜਾਈ ਲੜਦੀ ਰਹੀ ਕਿਸਾਨੀ ਮੋਰਚੇ ਵਿੱਚ ਤੇ ਜਿਨ੍ਹਾਂ ਬੀਬੀਆਂ ਮਾਵਾਂ ਨੂੰ ਕਿਹਾ ਟਕੇ ਟਕਨੇ ਵਿਕਣ ਵਾਲੀਆਂ ਜਨਾਨੀਆਂ ਨੇ ਤੇ ਉਹਦੇ ਵੀ ਜਜਬਾਤ ਭਰ ਕੇ ਉਹਨੇ ਜੀ ਆਪਦੀ ਡਿਊਟੀ ਕਰਦੇ ਆ ਆਖਿਆ ਵੀ ਐਂ ਕਰੋ ਤਾਕੀ ਦਿਓ ਐ ਲੱਗੋ ਤੇ ਫੇਰ ਵੀ ਫੋਨ ਆਪਦਾ ਜਿਹੜਾ ਉਹ ਦੁਬਾਰਾ ਚੈੱਕ ਕਰਵਾਓ ਤੇ ਨਹੀਂ ਕਰਵਾਉਣਾ ਕਿਉਂਕਿ ਹੈਂਕੜ ਹੈ ਨਾ ਬਹੁਤ ਗਿਣਤੀ ਹੈ ਨਾ ਬਾੜੀ ਇਹਨਾਂ ਲੋਕਾਂ ਨੂੰ ਦਬਾਉਣਾ ਸਾਡਾ ਕਰਮ ਧਰਮ ਰਿਆ ਹੋਣ ਤੱਕ ਤੇ ਅਖੀਰ ਫੇਰ ਆ ਕੇ ਉਹ ਕੁੜੀ ਦੇ ਜਜਬਾਤ ਭੜਕੇ ਉਹਨੇ ਮੂੰਹ ਤੇ ਚਪੇੜ ਮਾਰਤੀ ਤੇ ਉਹ ਖਾਲਸਤਾਨੀ ਆ ਚਪੇੜ ਵੱਜ ਗਈ ਉਹ ਵੀ ਹਵਾ ਬਣ ਗਿਆ ਬਹੁਤ ਵੱਡਾ ਖਾਲਸਤਾਨੀ ਲੜਾਈ ਲੜ ਰਿਹਾ ਜੀ ਉਹ ਜਿਹੜੇ ਕੁਲਵਿੰਦਰ ਕੌਰ ਉਹ ਕੌਰ ਖਾਲਸਤਾਨੀ ਹੈ ਜੀ ਕਿਉਂਕਿ ਕੌਰ ਲੱਗਾ ਤਾਂ ਉਹ ਵੀ ਖਾਲਸਤਾਨੀ ਹੈ ਜਿਹੜੇ ਡਿਊਟੀ ਸਹੀ ਕਰ ਰਹੀ ਹੈ ਤੇ ਉਹ ਕਹਿੰਦੀ ਪਿਆਏ ਲੰਘੋ ਕਿ ਉਹ ਵੀ ਖਾਲਸਤਾਨੀ ਹੈ ਜੀ ਅਸੀਂ ਆਪਣੀ ਕੋ ਆਵਾਜ਼ ਠਾਈ ਉਹ ਵੀ ਖਾਲਸਤਾਨੀ ਆ ਕਿ ਅਸੀਂ ਪਤਾ ਨਹੀਂ ਕਿ ਜਾਈਏ ਕਿਥੇ ਸਾਨੂੰ ਇਹ ਤਾਂ 10 ਦਿਨ ਮੋਦੀ ਹੋਰੀ ਕਿ ਅਸੀਂ ਜਾਈਏ ਕਿਥੇ ਦੇਸ਼ ਛੱਡ ਕੇ ਸਾਨੂੰ ਬਾਪਿਓ ਜਿਸ ਦੇਸ਼ ਵਾਸਤੇ ਸਿੱਖਾਂ ਨੇ ਇੰਨੀਆਂ ਕੁਰਬਾਨੀਆਂ ਕਰਕੇ ਮੁਲਕ ਨੂੰ ਆਜ਼ਾਦ ਕਰਵਾਇਆ ਹੋਵੇ ਮੈਂ ਸਮੀਰੋਂ ਸੁਣਲ ਕੋ ਸਾਨੂੰ ਅੱਜ ਜੀਣਾ ਤੱਕੀ ਸਾਹ ਲੈਣਾ ਵੀ ਸਾਨੂੰ ਦਾ ਔਕਾ ਹੋਇਆ ਪਿਆ ਇਹ ਕੰਗਣਾ ਰੜਾਉਤ ਵਰਗੀਆਂ ਕਲਦੀਆਂ ਬੱਚੀਆਂ ਔਰ ਸਾਨੂੰ ਇਹ ਸਿੱਖਿਆ ਦੇਣ ਗਈਆਂ ਸਾਡੀਆਂ ਧੀਆ ਪੜਨ ਨੂੰ ਪੜਨ ਗਈਆਂ ਬਹੁਤ ਹੀ ਸ਼ਾਬਾਸ਼ ਤੁਹਾਡੇ ਵੜਵੜਿਓ ਦੇ ਦੇ ਕੇ ਹੋਜੇ ਲੋਕਾਂ ਨੂੰ ਨਵਾਜੋ ਤਾਂ ਕਿ ਇਹ ਯਹਿ ਰੁਗ ਲੱਛਦੇ ਰਹਿਣ ਤੇ Hindu Sikh Muslim Han Sai ਇਹਨਾਂ ਚ ਜੁਤੀਓ ਜੁਤੀ ਕੌਮਾਂ ਨੂੰ ਕਰਵਾਓ ਤੇ ਤੁਹਾਡਾ ਰਾਜ ਭਗਤ ਸਥਿਰ ਬਣਿਆ ਰਵੇ ਮੈਂ ਤੇ ਇਹੋ ਹੀ ਕਹਣਾ ਚਾਹੁੰਨਾ ਹੈ ਦੇਸ਼ਵਾਸੀਓ ਔਰ ਧਰਮ ਦੇ ਅਭਾਈ ਗੁਰ ਰਾਜਨੀਤਿਕ ਦੇ ਲੋਕੋ ਕੁਝ ਨਾ ਕੁਝ ਤਾਂ ਸੋਚੀ ਕਰੋ ਚਪੇੜ ਵੱਜ ਗਈ ਤਾਂ ਵੀ ਖਾਲਸਤਾਨੀ ਜੇ ਕੋਈ ਗੱਲ ਕਰ ਲਈ ਅਸੀਂ ਆਪਦੇ ਹੱਕ ਮੰਗ ਲਈ ਅਸੀਂ ਤਾਂ ਵੀ ਖਾਲਸਤਾਨੀ ਅਸੀਂ ਜਾਈਏ ਤੇ ਜਾਈਏ ਕਿਧਰ ਨੂੰ ਸਾਨੂੰ ਮਿਹਰਬਾਨੀ ਕਰਕੇ ਇੰਨਾ ਹੀ ਦੱਸ ਦਿਓ ਅਸੀਂ ਤਾਂ ਇਹ ਨਹੀਂ ਪੁੱਛਣਾ ਚਾਹੁੰਦੇ ਆ ਕਿ ਅਸੀਂ ਦੇਸ਼ ਦੇ ਵਾਸੀ ਵੀ ਆ ਕਿ ਨਹੀਂ ਵਾਸੀ